असलम नाजरिंग की हाल चाल जी ठीक ठाक हो उम्मीद है तुम सारे अल्लाह के फजल करम ठीक हो होवोगे अज मैं थोड़े तो अहम गल करनी है है तो बहुत छोटी जी लेकिन उसकी अहमियत बहुत ज़्यादा बहुत कीमती गल है और एक गल दे अंदर फिर दो गल ने गल इस तरह है कि अक्सर दोस्त जो दो मिलते हैं तो वो जब आप कहें साढ़े बस दुआ करो जी ਅੰਤ ਉਸਕੇ ਅੰਦਰ ਇਨਸ਼ਾਅੱਲਾ ਇਨਸ਼ਾਅੱਲਾ ਕਹਿ ਕੇ ਤੁਸੀਂ ਵੀ ਪੁੱਲ ਜਾਂਦੇ ਠੀਕ ਹੈ ਇਨਸ਼ਾਅੱਲਾ ਵੀ ਕਹਿਣਾ ਚਾਹੀਦਾ ਤੁਸੀਂ ਵੀ ਕਹਿੰਦੇ ਠੀਕ ਹੈ ਜੀ ਜ਼ਰੂਰ ਕਰਦੇ ਹਾਂ ਜੀ ਇਨਸ਼ਾਅੱਲਾ ਤੇ ਤੁਸੀਂ ਬਣਾ ਜ਼ਰੂਰ ਜਰੂਰ ਕਹਿਣਾ ਜ਼ਰੂਰ ਕਰਦੇ ਹਾਂ ਤੁਸੀਂ ਨਾਲ ਕਰ ਲਿਆ ਵਾਦਾ ਫਿਰ ਤੁਸੀਂ ਚਲੇ ਗਏ ਤੁਸੀਂ ਪੁੱਲ ਗਏ ਦੁਆਨਾ ਕੀਤੀ بڑا ਵਾਦਾ ਟੁੱਟ ਗਿਆ ਤੁਸੀਂ ਵਾਦਾ ਖਿਲਾਫਾ ਕੀਤੀ वादा खिलाफ़ी की थी आप सरकार सल्लल्लाहु सल वसलम का फरमान है कि जिन्हें वादा खिलाफ़ी की थी या जिन्हें अपना वादा पूरा ना किया किता कोई ईमान नहीं है लिहाजा एक गलत यही होगी कि जिन्हें आप वादा खिलाफ़ी नहीं करनी चाहिए यदा हल की है वो तो मैं दसदा क्या दूसरी इस नुड़वी गल कि अल्लाह जबीब थोड़े साढ़े पाक रसूल सल फरमाया कि जी चीज़ उसी अपने वास्ते पसंद करते हो दूसर वास्ते पसंद करो हम दें गल इस एक गल जुड़िया ने कि जो तुम्हें तो कोई दोस्त अहबाब फरमाने कोई भी एक है दो चार जिन्हें भी है ने, कि जिना मेरे वास्ते दुआ करो तीन तो इनशाला जरूर कहो और मौके पर ही वास्ते दुआ करो एक थोड़ा वादा पूरा हो जाएगा दूसरा है कि दुआ की करो ਅਬ ਸਿਕਾ ਦਾ ਫਰਮਾਨ ਹੈ ਕਿ ਜਿਹੜੀ ਚੀਜ਼ ਤੁਸੀਂ ਆਪਣੇ ਵਾਸਤੇ ਪਸੰਦ ਕਰਦੇ ਹੋ ਉਹ ਹੀ ਦੂਸਰੇ ਭਾਈ ਵਾਸਤੇ ਪਸੰਦ ਕਰੋ ਅੱਛਾ ਮਜ਼ਾਦਿਕਰੇ ਦੁਆਓ ਚੀਜ਼ ਜਿਸ ਕੋਈ ਤੜਾ ਖਰਚਾ ਨਹੀਂ ਹੈ ਤੁਸੀਂ ﺍﻟਫ਼ﺎਜ਼ ਅਦਾ ਕਰਨ ਨੇ ਅੱਲਾ ਤਾਲਾ ਨੂੰ ਪਸੰਦ ਆ ਜਾਣ ਉਸ ਤਰੀਕੇ ਨਾਲ ਅੱਲਾ ਕਬੂਲ ਫਰਮਾ ਲਵੇ ਤੁਹਾਡੇ ਵਾਸਤੇ ਵੀ ਬਿਹਤਰੀ ਉਹਦੇ ਵਾਸਤੇ ਵੀ ਬਿਹਤਰੀ ਉਹ ਦੁਆ ਤੁਸੀਂ ਕਿਵੇਂ ਕਰਨੀ ਜਦੋਂ ਦੋਸਤ ਕਹੇ ਕਿ ਦੁਆ ਕਰੋ ਮੇਰੇ ਵਾਸਤੇ ਦੁਆ ਕਰਿਓ ਜੀ ਉਹ ਜੀ ਇਨਸ਼ਾ ਅੱਲਾ ਜੀ ਦੁਆ ਕਰਦੇ ਆ ਕਿ ਐ ਰੱਬੁਲ ਆਲਮੀਨ ਇਸ ਸਾਡੇ ਦੋਸਤ ਵਾਸਤੇ ਤੇ ਮੇਰੇ ਵਾਸਤੇ ਆਸਾਨੀਆਂ ਪੈਦਾ ਕਰ ਸਾਡੀਆਂ ਨੇਕ ਜਾਇਜ਼ ਦਿਲ ਦੀ ਮੁਰਾਦਾਂ ਪੂਰੀਆਂ ਕਰ ਸਾਡੇ ਦੋਵਾਂ ਦੀਆਂ ਮੇਰੀਆਂ ਵੀ ਜਿਹੜੇ ਦੋਸਤ ਮੈਨੂੰ ਕਹਿ ਰਿਹਾ ਉਹਦੇ ਵਾਸਤੇ ਵੀ ਔਰ ਸਾਡੇ ਆਉਣ ਵਾਲੇ ਵਕਤ 'ਚ ਆਉਣ ਵਾਲੇ ਵਕਤ ਮੁਰਾਦ ਅਗਲੇ ਦੁਜੇ ਵਕਤ ਹੈ ਆਖਰ ਦਾ ਵਕਤ ਹੈ ਉਸ 'ਚ ਆਸਾਨੀਆਂ ਪੈਦਾ ਕਰ ਸਰਵੇ ਕਨਾਤ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਫਾਤ نصیਬ ਫਰਮਾ ਐ ਅੱਲਾਹ ਉਹ ਕੰਮ ਕਰਾ ਜਿਹਦੇ ਤੂੰ ਰਾਜ਼ੀ ਤੇਰਾ ਹਬੀਬ ਰਾਜ਼ੀ ਐ ਬਾਹਿ ਤਾਲਾ ਉਹ ਕੰਮ ਜਿਹੜੇ ਸਾਡੇ ਵਾਸਤੇ ਠੀਕ ਨੇ ਉਹ ਕੰਮ ਕਰਾ ਕੁਝ ਚੀਜ਼ ਐਸੀ ਹੁੰਦੀ ਜਿਹੜੇ ਮੌਕੇ ਤੇ ਇਨਸਾਨ ਯਾਨੀ ਦੁਆ ਕਰਦਾ ਦੁਆ ਕਬੂਲ ਨਹੀਂ ਹੁੰਦੀ ਲੇਕਿਨ ਉਹ ਦੁਆ ਜਿਹੜੀ ਹੈ ਉਹ ਇਨਸਾਨ ਦੀ ਜਮਾ ਹੁੰਦੀ ਰਹਿੰਦੀ ਹੈ ਰੋਜ਼ ਮੈਸ਼ਰ ਉਹ ਦੁਆ ਕੰਮ ਆਂਦੀ ਹੈ ਨੇਕਿਆਂ ਵਿੱਚ ਸ਼ਾਮਿਲ ਹੁੰਦੀ ਹੈ ਅੱਲਾਇ ਜ਼ਤ ਉਸ ਵਕਤ ਉਸ ਬੰਦੇ ਦਾ ਨੇਕਿਆਂ ਦਾ ਪਲੜਾ ਜਿਹੜਾ ਨਾ ਉਹ ਭਾਰੀ ਕਰਦਾ ਇਹੋ ਜਿਹਾ ਦੁਆਵਾਂ ਜਿਹਦੀ ਦੁਆ ਮੌਕੇ ਤੇ ਕਬੂਲ ਨਹੀਂ ਹੁੰਦੀਆਂ ਲਿਆਜ਼ਾ ਮੇਰੀ ਗੁਜ਼ਾਰਿਸ਼ ਇਹ ਹੈ ਤੁਹਾਡੇ ਨਾਲ ਕਰਨਾ ਮਕਸਦ ਇਹ ਸੀ ਕਿ ਜਦੋਂ ਕੋਈ ਦੋਸਤ ਕਵੇ ਉਹ ਦੁਆ ਤੁਸੀਂ ਮੌਕੇ ਤੇ ਕਰੋ ਤੁਹਾਡਾ ਵਾਦਾ ਪੂਰਾ ਹੋ ਜਾਏਗਾ ਦੂਸਰਾ ਉਹਦੇ ਵਾਸਤੇ ਉਹ ਦੁਆ ਕਰੋ ਜੀ ਤੁਸੀਂ ਆਪਣੇ ਵਾਸਤੇ ਕਰਦੇ ਹੋ ਠੀਕ ਹੈ ਜੀ ਤੇ ਅੱਲਾਹ ਤਾਲਾ ਅਸਾਂ ਸਾਰਿਆਂ ਨੂੰ ਆਪਣੇ ਹਿਫਜ਼ੋ ਮਾਨ ਰੱਖੇ ਅੱਲਾਹ ਤਬਾਰਕ ਵਾ ਤਾਲਾ ਆਣ ਵਾਲੇ ਵਕਤ ਵਿੱਚ ਸਾਡੇ ਵਾਸਤੇ ਆਸਾਨੀਆਂ ਪੈਦਾ ਕਰੇ ਇਸ ਦੁਨੀਆ ਤੇ ਵੀ ਅਗਲੀ ਦੁਨੀਆ ਤੇ ਵੀ ਅੱਲਾਹ ਤਾਲਾ ਸਾਨੂੰ ਪੰਜ ਵਕਤ ਨਮਾਜ਼ ਦਾ ਆਦੀ ਬਣਾਵੇ ਦੋਸਤੋ ਨਮਾਜ਼ ਉਹ ਚੀਜ਼ ਹੈ ਕਿ ਜਿਹਦੀ ਕੋਈ ਗੁੰਜਾਇਸ਼ ਨਹੀਂ ਹੈ ਕਉ ਗਰੇ ਨਮਾਜ਼ ਦੀ ਗੁਆਸ਼ ਹੁੰਦੀ ਤੇ ਕਰਬਲਾ ਚ ਹੁੰਦੀ ਜਿਹੜਾ ਉੱਥੇ ਵਕਤ ਸੀ ਉੱਥੇ ਵੀ ਉਹਨਾਂ ਲੋਕਾਂ ਨੇ ਨਮਾਜ਼ ਨਹੀਂ ਛੱਡੀ ਤਾਂ ਸਾਡੇ ਵਾਸਤੇ ਮਸਲੇ ਰਾਹ ਨਹੀਂ ਅਸੀਂ ਉਹਨਾਂ ਦੇ ਪੈਰੋਕਾਰ ਹਾਂ ਉਹਨਾਂ ਨੂੰ ਮੰਨਣ ਆਲੇ ਆ ਮੁਹੰਮਦ ਵਾਲੇ ਮੁਹੰਮਦ ਨੂੰ لہٰذا ਸਾਨੂੰ ਉਹਨਾਂ ਦੇ ਕੀਤੇ ਹੋਏ ਜਿਹੜੇ ਅਮਾਲ ਨੇ ਉਹਤੇ ਅਮਲ ਕਰਨਾ ਚਾਹੀਦਾ ਹੈ ਅੱਲਾਹ ਤਾਲਾ ਅਸਾ ਸਾਰੇ ਨੂੰ ਫਿਰ ਸਮਝ ਰੱਖੇ ਫਿਰ ਦੁਆ ਕਰਾਂਗੇ ਜੀ ਸਾਡੇ ਦੋਸਤਾਂ ਵਾਸਤੇ ਅੱਲਾਹ ਤਾਲਾ ਸਾਡੀਆਂ ਨੇਕ ਜਾਇਜ਼ ਖਸ਼ਾਹਤ ਪੂਰੀਆਂ ਫਰਮਾਵੇ ਜੀ